ਕਹਿੰਦੇ ਆ ਜਦੋਂ ਕਿਸੇ ਦੁਸ਼ਮਣ ਦੇ ਘਰੇ ਮੌਤ ਹੋਵੇ ਨਾ ਤਾਂ ਕਦੇ ਖੁਸ਼ੀ ਨਹੀਂ ਮਨਾਈਦੀ। ਇਹ ਵੀਡੀਓ ਉਹਨਾਂ ਲਈ ਆ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਧੋਖਾ ਦੇ ਕੇ ਧਰਮ ਬਦਲਿਆ, ਕਿਉਂਕਿ ਇੱਕ ਪਾਸੇ ਹੁਣ ਗੁਰੂ ਸਾਹਿਬ ਦਾ ਪਰਿਵਾਰ ਸ਼ਹੀਦ ਹੋ ਰਿਹਾ ਤੇ ਦੂਸਰੇ ਪਾਸੇ ਕ੍ਰਿਸਮਸ ਦਾ ਤਿਉਹਾਰ ਆ ਰਿਹਾ। ਕ੍ਰਿਸਮਸ ਦਾ ਤਿਉਹਾਰ ਜਿਨ੍ਹਾਂ ਦਾ ਹੈਗਾ ਨਾ ਉਹਨਾਂ ਨੂੰ ਮੁਬਾਰਕ, ਉਹਨਾਂ ਦਾ ਤਾਂ ਗੁਰੂ ਸਾਹਿਬ ਨਾਲ ਕੋਈ ਰਿਸ਼ਤਾ ਨਹੀਂ ਹੈਗਾ, ਪਰ ਸਾਡਾ ਤਾਂ ਗੁਰੂ ਸਾਹਿਬ ਨਾਲ ਰਿਸ਼ਤਾ ਹੈਗਾ ਨਾ। ਹੁਣ ਇੱਕ ਗੱਲ ਯਾਦ ਰੱਖਿਓ, ਇਹ ਨਾ ਹੋਵੇ ਇੱਕ ਪਾਸੇ ਸਾਹਿਬਜ਼ਾਦੇ ਨੀਆਂ ਵਿੱਚ ਸ਼ਹੀਦ ਹੋ ਰਹੇ ਨੇ ਤਾਂ ਦੂਸਰੇ ਪਾਸੇ ਤੁਸੀਂ ਆਪਣੇ ਬੱਚਿਆਂ ਨੂੰ ਸੈਂਟਾ ਕਲੌਜ਼ ਬਣਾ ਕੇ ਗਲੀਆਂ ਤੇ ਮੁਹੱਲਿਆਂ 'ਚ ਕਮਾਇਓ। ਇਹਨਾਂ ਵੇ ਇੱਕ ਪਾਸੇ ਮਾਤਾ ਗੁਜਰੀ ਸ਼ਹੀਦ ਹੋ ਰਹੀ ਆ ਤਾਂ ਤੁਸੀਂ ਮਠਿਆਈਆਂ ਦੇ ਲੰਗਰ ਛਕਿਓ ਤੇ ਮਠਿਆਈਆਂ ਵੰਡਿਓ। ਇਹਨਾਂ ਵੇ ਬਾਬਾ ਜੀਵਨ ਸਿੰਘ ਜੀ ਰੰਗ ਰੇਟੇ ਗੁਰੂ ਕੇ ਬੇਟੇ ਜੰਗ ਦੇ ਵਿੱਚ ਸ਼ਹੀਦ ਹੋ ਰਹੇ ਆ ਤੇ ਦੂਸਰੇ ਪਾਸੇ ਤੁਸੀਂ ਆ ਕ੍ਰਿਸਮਸ ਦੇ ਚੱਕਰ 'ਚ ਖੁਸ਼ੀਆਂ ਮਨਾਓ ਤੇ ਡਾਂਸ ਕਰਿਓ। ਮੇਰੀ ਬੇਨਤੀ ਆ ਆਪਣਿਆਂ ਨੂੰ, ਤੁਸੀਂ ਸਾਡੇ ਆਪਣੇ ਜੇ, ਗੁਰੂ ਦਾ ਪਰਿਵਾਰ ਸ਼ਹੀਦ ਹੋਇਆ, ਬੱਚੇ ਠੰਡ ਨਾਲ ਕੰਬਣ ਦੇ ਜੇ, ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਵਸਤਰ ਗਿੱਲੇ ਹੋ ਚੁੱਕੇ ਆ ਬਾਰਿਸ਼ ਦੇ ਨਾਲ ਮੀਂਹ ਦੇ ਨਾਲ, ਫਿਰ ਵੀ ਜੰਗ ਦੇ ਵਿੱਚ ਜੂਝ ਜੂਝ ਕੇ ਸ਼ਹੀਦ ਹੋਏ ਆ। ਓਏ ਆ ਮੇਰੇ ਪਿਆਰੇ ਵੀਰੋ, ਭੈਣੋ, ਬਜ਼ੁਰਗੋ, ਬੱਚਿਓ, ਗੁਰੂ ਦੀ ਕੁਰਬਾਨੀ ਨੂੰ ਯਾਦ ਰੱਖਿਓ, ਭੁੱਲ ਨਾ ਜਾਇਓ ਕ੍ਰਿਸਮਸ ਦੀਆਂ ਖੁਸ਼ੀਆਂ ਦੇ ਚੱਕਰ ਦੇ ਵਿੱਚ। ਬੱਚੇ ਸ਼ਹੀਦ ਤੁਹਾਡੇ ਲਈ ਹੋਏ, ਨੀਅਤ ਤੁਹਾਡੇ ਲਈ ਖਲੋਤੇ, ਚਮਕੌਰ ਦੀ ਜੰਗ ਤੁਹਾਡੇ ਕਰਕੇ ਹੋਈ, ਆਪਣਾ ਸਰਬੰਸ ਆਪਣੇ ਮਹਿਲ ਬਣਾਰੇ ਤੁਹਾਡੇ ਲਈ ਵਾਰ ਦਿੱਤੇ, ਤੁਸੀਂ ਗੁਰੂ ਨੂੰ ਯਾਦ ਰੱਖਿਓ ਕ੍ਰਿਸਮਸ ਦੀਆਂ ਖੁਸ਼ੀਆਂ ਦੇ ਚੱਕਰ ਦੇ ਵਿੱਚ, ਗੁਰੂ ਦੀ ਕੁਰਬਾਨੀ ਨੂੰ ਇੰਨੀ ਠੰਡ ਪੈ ਰਹੀ ਹੈ, ਭੁੱਲ ਨਾ ਜਾਇਓ।